ਇੱਥੇ ਦੀ ਬਾਈ ਸੇਵਾ ਸਾਰੇ ਆਪਣੇ ਮਿਲਟਰੀ ਵਾਲੇ ਨਿਭਾ ਰਹੇ ਆ ਜੀ। ਸਲੂਟ ਹੈ ਬਾਈ ਏ ਟੂ ਜੈੱਡ ਬਾਈ, ਸਾਰੇ ਇੱਥੇ ਕੰਮ ਮਿਲਟਰੀ ਵਾਲੇ ਹੀ ਸੰਭਾਲਦੇ ਨੇ। ਅਤੇ ਇੱਥੇ ਬਾਈ ਲੰਗਰ ਬਣਦਾ ਹੈ, ਦੇਖੋ ਇਹ ਲੰਗਰ ਹਾਲ ਹੈ। ਇੱਥੇ ਇੱਥੇ ਬਾਈ ਲੰਗਰ ਤਿਆਰ ਕੀਤੇ ਜਾਂਦੇ ਨੇ ਪ੍ਰਸ਼ਾਦੇ, ਔਰ ਬਾਈ ਇੱਥੇ ਸੇਵਾ ਚੱਲ ਰਹੀ ਹੈ। ਗਾਇਸ ਹਮ ਅੰਦਰ ਦਰਸ਼ਨ ਕਰਕੇ ਆ ਗਏ ਜੀ, ਬਹੁਤ ਅੱਛਾ ਲੱਗਾ, ਮਨ ਕੋ ਸ਼ਾਂਤੀ ਮਿਲਦੀ ਹੈ ਬਾਈ ਅੰਦਰ ਜਾ ਕੇ। ਮੈਂ ਇਹੀ ਕਹੂੰਗਾ ਕਿ ਆਪ ਸਭ ਜ਼ਰੂਰ ਆਓ ਯਹਾਂ ਪਰ ਯਾਰ, ਤੋ ਦੇਖੀਏ ਬਾਈ ਕੈਸੇ ਹਮਾਰੇ ਬਾਬਾ ਜੀ ਨੇ ਪੱਥਰ ਕੋ ਰੋਕਾ ਹੋਇਆ ਬਾਈ, ਉਸਕੇ ਉੱਪਰ ਨਿਸ਼ਾਨ ਬਣਾ ਹੋਇਆ ਪੱਥਰ ਕਾ ਔਰ ਪੈਰ ਕਾ। ਔਰ ਬਾਈ ਉਹ ਬਾਕੀ ਸਭ ਠੀਕ ਹੈ, ਔਰ ਬਾਈ ਅਭੀ ਉੱਪਰ ਹਮ ਨਹੀਂ ਜਾ ਰਹੇ ਹੈ, ਕਾਰਗਿਲ ਕੇ ਲਈ ਨਿਕਲਦੇ ਹੈ। ਔਰ ਗਾਇਸ ਮੈਂ ਇਹੀ ਦੁਆ ਕਰੂੰਗਾ ਕਿ ਵਾਹਿਗੁਰੂ ਕਾ ਆਸ ਆਪ ਸਭ ਕੇ ਉੱਪਰ ਬਾਈ ਬਣਾ ਰਹੇ, ਖੁਸ਼ੀਆਂ ਰਹੇ ਬਾਈ ਆਪਣੇ ਪਰਿਵਾਰ ਮੈਂ ਬਾਈ, ਔਰ ਵਾਹਿਗੁਰੂ ਆਪ ਸਭ ਕੋ ਚੜ੍ਹਦੀ ਕਲਾ ਮੈਂ ਰੱਖੇ, ਠੀਕ ਹੈ। ਜੋ ਆਪਣੀ ਬਾਈਕ ਰੇਡੀ ਹੈ, ਨਿਕਲਦੇ ਹਾਂ ਬਾਈ, ਉਹ ਸਾਹਮਣੇ ਗੁਰਦੁਆਰਾ ਹੈ। ਔਰ ਬਾਈ ਹਮ ਰਾਤ ਯਹਾਂ ਪਰ ਰੁਕੇ ਥੇ, ਤੋ ਅਗਰ ਆਤੇ ਤੋ ਬਾਈ ਗੁਰਦੁਆਰਾ ਸਾਹਿਬ ਆਪ ਯਹਾਂ ਆ ਕੇ ਰੁਕ ਸਕਦੇ ਹੋ। ਤੋ ਬਾਈ ਉਹ ਚਲਦੇ ਫਿਰ ਟ੍ਰਿਪ ਆਪਣੀ ਸੋਲੋ ਰਾਈਡ ਕਰਨੇ, ਦੇਖਦੇ ਹਾਂ ਅੱਜ ਕੱਲ੍ਹ ਤੱਕ ਜਾਇਆ ਜਾਏਗਾ। ਬਾਈ ਇਹ ਆਪਣੇ ਬਾਈ ਹੈ ਜਿਨਕੇ ਸਾਥ ਮੈਂ ਰਾਤ ਰੁਕਾ ਥਾ, ਇਹ ਕੇਰਲਾ ਸੇ ਆਏ ਹੈ ਬਾਈ, ਔਰ ਜਿਨਕਾ ਨਾਮ ਹੈ ਰਾਹੁਲ ਔਰ ਉਨਕਾ ਨਾਮ ਹੈ ਸਿਧਾਰਥ। ਤੋ ਬਾਈ ਉਹ ਯਹਾਂ ਸੇ ਹਮ ਜਾ ਰਹੇ ਕਾਰਗਿਲ, ਦੇਖਦੇ ਹਾਂ ਫਿਰ, ਤੋ ਚਲੇ ਫਿਰ। ਤੋ ਗਾਇਸ ਅੱਜ ਕੇ ਦਿਨ ਕੀ ਸ਼ੁਰੂਆਤ ਕਰਤੇ ਹਾਂ ਬਾਈ ਹਮਾਰੇ ਵਾਹਿਗੁਰੂ ਕੇ ਨਾਮ ਸੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੋ ਬਾਈ ਉਹ ਚਲਤੇ ਹੈ ਪੱਥਰ ਸਾਹਿਬ ਗੁਰਦੁਆਰਾ ਸੇ ਹਮ ਨਿਕਲ ਰਹੇ ਹਾਂ ਬਾਈ। ਤੋ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ। ਚਲੋ ਬਾਈ ਫਿਰ ਕਾਰਗਿਲ। ਔਰ ਬਾਈ ਰੋਡ ਤਾਂ ਮਸਤ ਹੈ ਬਾਈ। ਕਾਰਗਿਲ ਵਾਲਾ ਰੋਡ ਤੋਂ ਬਾਈ ਬਹੁਤ ਹੀ ਮਸਤ ਹੈ ਬਾਈ, ਮੱਖਣ ਔਰ ਸਾਥ ਮੇਂ ਨਦੀ ਚੱਲ ਰਹੀ ਹੈ ਬਾਈ, ਨਦੀ ਕਿਆ ਹੀ ਕਹਿ ਰਹੇ ਬਾਈ, 900 ਕੀ ਸਪੀਡ ਮੇਂ ਚੜ੍ਹ ਗਿਆ ਬਾਈਕ। ਜੈਸੇ ਚਲੋ ਬਾਈ ਮੈਂ ਪੱਥਰ ਸਾਹਿਬ ਗੁਰਦੁਆਰੇ ਸੇ, ਔਰ ਬਾਈ ਮਜ਼ਾ ਆ ਗਿਆ ਰੇ ਮਜ਼ਾ, ਦਿਖਾਉਂਦੇ ਰਹੋ ਬਾਈ ਬਾਈਕ ਤੋਂ ਦਿਖਾਉਂਦੇ ਰਹੋ। ਅਗਰ ਬਾਈ ਆਉਣਾ ਚਾਹਤੇ ਹੋ ਤੋ ਆਪ ਸ਼੍ਰੀਨਗਰ ਵਾਲੀ ਸਾਈਡ ਸੇ ਕਾਰਗਿਲ ਕਾਰਗਿਲ ਸੇ ਨਹੀਂ ਆ ਸਕਦੇ ਹੋ, ਅਗਰ ਆਪਕੋ ਰਿਸਕ ਨਹੀਂ ਲੈਣਾ ਹੈ ਔਰ ਐਡਵੈਂਚਰ ਨਹੀਂ ਕਰਨਾ ਹੈ ਤੋ ਭਾਈਓ ਇੱਧਰ ਸੇ ਆਓ, ਦੇਖ ਰਹੇ ਹੋ ਕਿਆ ਹੀ ਮਸਤ ਵਿਊ ਹੈ ਬਾਈ ਸਾਹਿਬ ਯਹਾਂ ਸੇ। ਤੋ ਅਭੀ ਖਲਸੀ ਮੇਂ ਖੜੇ ਹੈ ਬਾਈ, ਤੋ ਆਪਨ ਕੋ ਲੱਗੀ ਦੀ ਪਿਆਸ, ਲੱਸੀ ਪੀ ਰਹੇ ਹੈ ਬਾਈ। ਓ ਭਾਈ ਸਾਹਿਬ ਦੇਖ ਰਹੇ ਹੋ ਮਨਿਸਟਰੀ, ਇਹ ਬਾਈ ਲਿਮੇ ਮਾਰੂ ਪਤਾ ਨਹੀਂ ਕਿਆ ਬੋਲਦੇ ਹਾਂ ਬਾਈ, ਇਹ ਮਨਿਸਟਰੀ ਹੈ। ਓ ਭਾਈ ਸਾਹਿਬ ਦੇਖ ਰਹੇ ਹੋ, ਭਾਈ ਸਾਹਿਬ ਕੈਸੇ ਅਟਕੇ ਹੋਈ ਹੈ ਦੇਖ ਰਹੇ ਹੋ, ਮਿੱਟੀ ਦੇ ਪਹਾੜ ਬਾਈ ਨੀਚੇ ਔਰ ਉੱਪਰ ਬਾਈ ਮਨਿਸਟਰੀ ਬਣੀ ਹੋਈ ਹੈ, ਬਹੁਤ ਦੇਖੋ ਉੱਪਰ ਤੱਕ। ਹਮ ਤੋ ਬਾਈ ਯਹਾਂ ਪਰ ਖੜੇ ਦੇ ਇੱਧਰ, ਇਹ ਆਪਣੀ ਬਾਈਕ ਖੜੀ ਹੈ ਔਰ ਬਾਈ ਹਮ ਸਾਹਿਬ ਯਹਾਂ ਸੇ ਵਿਊ ਦੇਖ ਰਹੇ ਹੈ, ਬਹੁਤ ਹੀ ਬਿਊਟੀਫੁਲ ਲੱਗ ਰਿਹਾ ਬਾਈ ਸਾਹਿਬ ਵਿਊ ਯਹਾਂ ਸੇ, ਔਰ ਇੱਧਰ ਦੇਖ ਲਓ ਭਾਈ ਸਾਹਿਬ ਦੇਖ ਰਹੇ ਹੋ ਸਾਹਮਣੇ ਕਾ ਵਿਊ ਬਾਈ, ਕੈਸੇ ਬਣੇ ਹੋਏ ਪਹਾੜੀਏ, ਬਹੁਤ ਹੀ ਬਿਊਟੀਫੁਲ ਲੱਗ ਰਹੇ ਹੈ। ਔਰ ਉੱਪਰ ਦੇਖੋ ਬਾਈ ਸਾਹਿਬ ਸਨੋ ਪੜੀ ਹੋਈ ਹੈ ਔਰ ਉੱਪਰ ਬਾਦਲ ਹੋ ਰਹੇ ਹਾਂ ਵੀ, ਬਾਈ ਇੱਧਰ ਸੇ ਦੇਖੋ ਕਿਆ ਖੂਬਸੂਰਤੀ ਹੈ ਬਾਈ, ਅਤੀ ਸੁੰਦਰ ਅਤੀ, ਉਹ ਬਾਈ ਕਿਆ ਹੀ ਵਿਊ ਹੈ ਯਹਾਂ ਸੇ, ਮਜ਼ਾ ਆ ਗਿਆ ਬਾਈ, ਆਨੰਦ ਦੇਖ ਰਹੇ ਬਾਈ ਸਾਹਿਬ, ਕਿਆ ਹਸੀਨ ਹੈ ਬਾਈ, ਦੇਖ ਰਹੇ ਬਾਈ ਉਹ ਵਹਾਂ ਸੇ ਆਏ ਹੋਏ ਨੀਚੇ ਸੇ ਬਾਈ, ਰੋਡ ਦੇਖੋ ਬਾਈ ਜਿੰਗ ਜੈਂ ਕਰ ਕਰਕੇ ਉੱਪਰ ਪਹੁੰਚੇ ਹੈ, ਔਰ ਬਾਈ ਸਾਹਿਬ ਦੇਖੋ ਯਹਾਂ ਸੇ ਮਾਊਂਟੇਨ ਦੇਖ ਰਹੇ ਬਾਈ ਬਰਫ਼ ਵਾਲੇ, ਔਰ ਉਹ ਦੇਖੋ ਬਾਈ ਸਾਹਮਣੇ ਬਰਫ਼ ਹੀ ਬਰਫ਼ ਪੜੀ ਹੈ, ਔਰ ਇਹਦੇ ਬਾਈ ਬਿਲਕੁਲ ਹਮਾਰੇ ਪਾਸ ਹੈ, ਚੱਲ ਰਿਹਾ ਬਾਈ ਬੀ ਆਰ ਓ ਦਾ ਕੰਮ। ਤੋ ਬਾਈ ਉਹ ਅਭੀ ਹਮ ਖੜੇ ਹੈ ਫੋਟੀ ਵਾਲਾ ਟੋਪ ਕੇ ਉੱਪਰ ਆਪਣੀ ਬਾਈਕ ਕੇ ਸਾਥ ਬਾਈ, ਦੇਖ ਰਹੇ ਬਾਈ ਸਾਹਿਬ ਕਿਆ ਹੀ ਮਾਹੌਲ ਬਣਾ ਹੋਇਆ ਮੇਰੇ ਪਿੱਛੇ, ਤੋ ਥੋੜ੍ਹਾ ਪਾਸ ਚੱਲ ਕੇ ਦਿਖਾਤਾ ਬਾਈ ਆਪ ਲੋਕਾਂ ਕੋ ਫੋਟੀ ਵਾਲਾ ਟੋਪ ਕੀ ਉੱਚਾਈ ਕਿਤਨੀ ਹੈ, ਔਰ ਬਾਈ ਮਨ ਕੋ ਇੱਕ ਅਲੱਗ ਹੀ ਅਹਿਸਾਸ ਹੋ ਰਿਹਾ ਹੈ ਕਿ ਬਾਈ ਆਪਣੀ ਬਾਈਕ ਲੈ ਕੇ ਹੱਥ ਪਹੁੰਚ ਪਾਏ ਹੈ, ਓ ਬਾਈ ਰੇ ਦੇਖ ਰਹੇ ਹੋ। ਤੋ ਬਾਈ ਉਹ ਅਭੀ ਫੋਟੀ ਵਾਲਾ ਟੋਪ ਕੇ ਖੜੇ ਹੈ ਔਰ ਇਸਕੀ ਹਾਈਟ ਹੈ 13,479, ਔਰ ਭਾਈ ਸਾਹਿਬ ਯਹਾਂ ਸੇ ਵੀ ਦੇਖ ਲਓ
देख रहे हो। ओ भाई साहब क्या मस्त व्यू है यहाँ से, फटेला टॉप पे खड़े हैं भाई। ओ भाई रे ये देखो डोगी छोटा सा, ये तो भाई भाग गया उधर यार। ये भाई है उनका नमी काला टॉप, भाई नमकीला नमी कीला टॉप देख रहे हो भाई, अपनी बाइक यहाँ तक भी पहुँच पाई है। अब भाई अभी हम ढाबे पे खड़े हैं, खाना खाते हैं भाई, भूख लग रही है। बाइक मैंने भाई 200 किलोमीटर चला चुकी है और अभी कारगिल कुछ पास ही है, 10 किलोमीटर के आसपास पड़ा है भाई। खाना खा के फिर चलता हूँ मैं कारगिल। भैया मेरा खाना आ चुका है भाई, दाल मखनी और रोटी सलाद, ठीक है करते हैं खाना फिर मिलते हैं आपको। भाइयों देख रहे हो कहाँ पर घर बने हुए हैं भाई, बीच में भाई ग्रीनरी के अंदर भाई। ओ भाई साहब, और भाई ये रोड के ऊपर जाना पड़े फिर रहे हैं, थोड़ा भाई ध्यान से गाड़ी चलाएं। और भाई वो उधर नदी चल रही है देख रहे हो भाई साहब, कहाँ पर रहते हैं भाई साहब देख रहे हैं लोग। गाइस अभी मैं कुछ दिखाने के लिए आप लोगों को यहाँ पर रुका हूँ भाई, तो देखिए भाई नज़ारा देखिए यहाँ से, देख रहे हो भाई नदी चल रही है हमारे पास में। और भाई ये जा रहा है रोड सीधा जम्मू एंड कश्मीर की ओर, और भाई ये नदी ऊपर से जा रही है, पूरी बर्फ भी पिघल के आ रही है भाई साहब, देख रहे हो भाई नदी। और जैसे हम जम्मू एंड कश्मीर की ओर बढ़ रहे हैं तो भाई ये पहाड़ों के ऊपर एक ग्रीनरी आ चुकी है, देख रहे हो हल्की हल्की ग्रीनरी, क्या ही खूब लग रही है भाई साहब यहाँ से। तो गैस अभी हम खड़े हैं कारगिल वॉर मेमोरियल पर, और भाई और भाई अपनी बाइक उधर खड़ी है पीछे पेड़ पार्किंग है भाई, 20 रुपीज लगी है भाई, और चलते हैं भाई इसके अंदर। और मैं वीडियो को यहीं पर करता हूँ भाई एंड, आपको नेक्स्ट ब्लॉग में देखने को मिलेगा भाई, क्योंकि भाई वीडियो ज़्यादा लंबी हो जाती है, तो होप करता हूँ कि आप सबको वीडियो अच्छी लगी होगी। और भाई जो यहाँ का इतिहास है वो आपको नेक्स्ट वीडियो में देखने को मिलेगा, तो तब तक के लिए भाई बाय बाय, और होप करता हूँ कि आप सबको वीडियो अच्छी लगी होगी। बाय भाई, मिलते हैं आपको नेक्स्ट ब्लॉग में।